ਸਲਾਮ ਅਲੈਕਮ ਜੀ ਸਾਰੇ ਦੋਸਤਾਂ ਵੀਰਾਂ ਭਰਾਵਾਂ ਦਾ ਕੀ ਹਾਲ ਚਾਲ ਹੈ? ਠੀਕ ਹੋਰ ਸੁਣਾ ਸਭ ਵਧੀਆ? ਇਹ ਜੀ ਸਾਡਾ ਇਨਸ਼ਾਅੱਲਾ ਤੀਸਰਾ ਵਲੋਗ ਹੈ ਅਤੇ ਇਨਸ਼ਾਅੱਲਾ ਡੇਲੀ ਵਲੋਗ ਬਣਾਵਾ ਕਰਾਂਗੇ। ਅੱਜ ਹੈ 14 ਅਗਸਤ, ਸਾਰਿਆਂ ਨੂੰ 14 ਅਗਸਤ ਮੁਬਾਰਕ ਹੋਏ। ਅਤੇ ਮੈਂ ਹੁਣ ਸੁੱਤੇ ਉੱਠੇ ਹਾਂ ਅਤੇ ਤੁਸੀਂ ਇਹ ਦੇਖ ਸਕਦੇ ਹੋ ਕੱਪੜੇ ਮੇਰੇ ਤਰੀਨ ਹੈ ਅਤੇ ਹੁਣ ਇਨਸ਼ਾਅੱਲਾ ਪਾ ਕੇ ਅਤੇ ਜਾਵਾਂਗੇ ਬਾਹਰ ਨੂੰ, ਇੰਜੋਏ ਕਰਾਂਗੇ ਸਾਰੇ ਦੋਸਤਾਂ ਨਾਲ ਇੰਜੋਏ ਕਰਾਂਗੇ। ਇਹ ਤੁਸੀਂ ਦੇਖ ਸਕਦੇ ਹੋ ਜੀ ਕੱਪੜੇ ਮੇਰੇ ਸਰੀਰ ਨੇ ਅਤੇ ਇਹ 5-10 ਮਿੰਟ ਤੱਕ ਇਨਸ਼ਾਅੱਲਾ ਪਾ ਕੇ ਅਤੇ ਅਸੀਂ ਸਾਰੇ ਦੋਸਤਾਂ ਨਾਲ ਬਾਹਰ ਇੰਜੋਏ ਕਰਾਂਗੇ। ਇਹ ਜੀ ਅਲਹਮਦੁਲਿਲਾ ਅਸੀਂ ਆ ਗਏ ਅਤੇ ਇਹ ਸ਼ਹਿਰ ਹੋ ਕੇ ਬਾਹਰ ਅਤੇ ਇਹ ਮੇਰੇ ਦੋਸਤ ਨੇ, ਇਹ ਇੰਜੋਏ ਕਰ ਰਹੇ ਨੇ। ਇਹ ਬੁਰਾ ਰਾ, ਇਹ ਫਿਰਸਲਾਨ ਅਤੇ ਇਹ ਫਸਾਦ। ਮੇਰੇ ਦੋਸਤ 14 ਅਗਸਤ ਮਨਾ ਰਹੇ ਨੇ। ਇਹ ਆਪਦਾ ਬੁਰਾ ਰਾ, ਇਹ ਹਾ ਵਸਾਦੀ ਗੁੱਜਰ ਆਫ ਸ਼ਕਰ ਗੜੀਆ, ਇਹ ਹਾ ਵਜ਼ਰ ਸਲਾਨ ਗੁੱਜਰ। ਇਹ ਜੀ ਇੰਜੋਏ ਕਰ ਰਹੇ ਨੇ ਅਤੇ ਇਨਸ਼ਾਅੱਲਾ ਠਹਿਰ ਕੇ 4-5 ਮਹੀਨਾ ਫਿਰ ਜਾਵਾਂਗੇ ਬਾਹਰ ਨੂੰ ਅਤੇ ਇੰਜੋਏ ਇੰਜੋਏ ਕਰਾਂਗੇ। ਚਲੋ ਇਹ ਜੀ ਅਸੀਂ ਤਸਵੀਰਾਂ ਬਣਾਈਆਂ ਨੇ ਅਤੇ ਹੁਣ ਅਸੀਂ ਨਿਕਲੇ ਹਾਂ ਰੋਡ ਵੱਲ ਨੂੰ ਅਤੇ ਤੁਸੀਂ ਦੇਖ ਸਕਦੇ ਹੋ ਲੋਕ ਇੰਜੋਏ ਪੂਰਾ ਕਰ ਰਹੇ ਨੇ, ਫੁੱਲ ਇੰਜੋਏ ਕਰ ਰਹੇ ਨੇ ਅਤੇ ਛੋਟੇ ਬੱਚੇ ਦੇਖ ਸਕਦੇ ਤੁਸੀਂ ਸਭ ਬਹੁਤ ਖੁਸ਼ ਨੇ 14 ਅਗਸਤ ਮਨਾ ਰਹੇ ਨੇ। ਹੁਣ ਤੁਹਾਨੂੰ ਅਸੀਂ ਅੱਗੇ ਆਪਣੇ ਬਾਜ਼ਾਰ ਵੀ ਲੈ ਕੇ ਜਾਂਦੇ ਹਾਂ ਲਾਹੂ ਚੌਂਕ 'ਚ ਅਤੇ ਫਿਰ ਤੁਸੀਂ ਆਪੇ ਦੇਖ ਸਕਦੇ। ਹਾਂਜੀ ਤੁਸੀਂ ਆਪੇ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਨੇ ਕਿੰਨੇ ਖੁਸ਼ ਨੇ 14 ਅਗਸਤ ਮਨਾ ਰਹੇ ਨੇ। ਸ਼ਹਿਰ 'ਚ ਰੌਣਕ ਪੂਰੀ ਲੱਗੀ ਦੀ ਆ, ਲੋਕ ਬਹੁਤ ਖੁਸ਼ ਨੇ ਅਤੇ ਤੁਸੀਂ ਅੱਗੇ ਦੇਖ ਸਕਦੇ ਹੋ। ਜੀ ਦੇਖ ਸਕਦੇ ਤੁਸੀਂ ਲੋਕ 14 ਅਗਸਤ ਫੁੱਲ ਜੋਸ਼ ਖਰੋਸ਼ਾਂ ਨਾਲ ਮਨਾ ਰਹੇ ਨੇ। ਜੀ ਚੈੱਕ ਕਰੋ ਜੀ, ਬਹੁਤ ਲੋਕ ਨੇ ਜਿਹੜੇ ਨੇ ਫੁੱਲ ਇੰਜੋਏ ਹੋ ਰਿਹਾ ਜੀ ਅਤੇ ਅਸੀਂ ਵੀ ਇੰਜੋਏ ਕਰ ਰਹੇ ਹਾਂ। ਜੀ ਬੱਚੇ ਬਾਜੇ ਵਜਾ ਰਹੇ ਨੇ ਅਤੇ ਇਹਨਾਂ ਨੂੰ ਬਾਜੇ ਨਹੀਂ ਵਜਾਉਣੀ ਚਾਹੀਦੀ ਕਿਉਂਕਿ ਮੂਰਖ ਦਾ ਅੱਗੇ ਵਾਜਾ ਵੱਜ ਗਿਆ, ਇਸ ਵਾਸਤੇ ਬਾਜੇ ਨਹੀਂ ਵਜਾਉਣੇ ਚਾਹੀਦੇ। ਤੁਸੀਂ ਦੇਖ ਸਕਦੇ ਹੋ ਬੱਚੇ ਪੂਰੇ ਜੋਸ਼ਾਂ ਖਰੋਸ਼ਾਂ ਨਾਲ ਬਾਜੇ ਵਜਾ ਰਹੇ ਨੇ ਅਤੇ ਪੂਰਾ ਇੰਜੋਏ ਹੋ ਰਿਹਾ। ਦੇਖੋ ਜੀ ਦੇਖੋ, ਇਹ 14 ਅਗਸਤ ਮਨਾ ਰਹੇ ਨੇ ਜੀ, ਮਨਾ ਰਹੇ ਨੇ, ਲੱਭ ਗਿਆ 14 ਅਗਸਤ ਮਨਾਉਂਦੇ ਬਾਈ ਬੱਚੇ ਲੱਭ ਗਏ ਨੇ। ਮਾਸ਼ਾਅੱਲਾ ਜੀ ਮਾਸ਼ਾਅੱਲਾ ਮਾਸ਼ਾਅੱਲਾ। ਮੇਰੇ ਯਾਰ ਦੋਸਤ ਨੇ ਅਲਹਮਦੁਲਿਲਾ ਮੁੰਡੇ ਨੂੰ ਮਿਲਣ ਗਏ ਦੇ ਸੀ ਅਸੀਂ ਨੂਰਕੋਟ ਅਤੇ ਹੁਣ ਅਸੀਂ ਆ ਰਹੇ ਹਾਂ ਵਾਪਸ। ਇਹ ਜੀ ਸਾਡਾ ਸ਼ਹਿਰ ਸ਼ੰਕਰਗੜ੍ਹ, ਇਹ ਜੀ ਹੁਣ ਆਸਤਾ ਆਸਤਾ ਅਸੀਂ ਜਾਂਦੇ ਪਏ ਹਾਂ ਘਰ ਅਤੇ ਇਨਸ਼ਾਅੱਲਾ ਅਸੀਂ ਬਾਜ਼ਾਰ ਜਾਂਦੇ ਹਾਂ ਅੱਲਾਹੂ ਚੌਂਕ 'ਚ, ਤੁਹਾਨੂੰ ਸਭ ਕੁਝ ਦੱਸ ਰਿਹਾ ਲੋਕ ਇਸ ਤਰ੍ਹਾਂ ਇੰਜੋਏ ਕਰ ਰਹੇ ਨੇ ਇਸ ਤਰ੍ਹਾਂ 14 ਅਗਸਤ ਮਨਾ ਰਹੇ ਨੇ। ਆਓ ਜੀ ਅੱਗੇ ਤੁਹਾਨੂੰ ਦੱਸ ਰਹੇ ਹਾਂ।
ਸਾਡੇ ਸ਼ਹਿਰ PSO ਪੰਪ ਹੈ ਅਤੇ ਪੂਰੇ ਜੋਸ਼ੋ ਖਰੋਸ਼ਾਂ ਨੇ ਤਿਆਰੀ ਕੀਤੀ ਦੀ ਇਹਨਾਂ ਨੇ ਡੈਕ ਸ਼ੈਕ ਲਾਏ ਦੇ ਨੇ ਲਾਟਾਂ ਸ਼ਾਟਾਂ ਕੀਤੀ ਦੀਆਂ ਨੇ ਅਤੇ ਇੰਜੋਏ ਫੁੱਲ ਹੋ ਰਿਹਾ ਇਹ ਤੁਸੀਂ ਦੇਖ ਸਕਦੇ ਪੂਰੇ ਇੰਜੋਏ ਹੋ ਰਹੇ ਨੇ ਜੀ 14 ਅਗਸਤ ਮਨਾ ਰਹੇ ਨੇ ਕਿਆ ਬਾਤ।